लैणा दे चक्कर च चाह ना ठंडी करा ली। जिंदर चौधरी साहब चले गए? वो इत्थे भाई सिकंदर वर्गे चल गए। चौधरी की चीज़ है? चौधरी बड़ी कुत्ती चीज़ है, वो नहीं जाता छेती। ए पंजाब पैसे किवें भेजने ने? भाजी मनी ट्रांसफर वाले को जाने होंदे आ, पासपोर्ट नाल लैके जायो। पासपोर्ट मैं घर फड़ा के आने ने, इत्थों भेजने ने पैसे। वो भाजी आई डी चाहिए होंगी। लेकिन मेरा पासपोर्ट तो खान साहब को। खान साहब नू दे आओ पैसे, वो पा देंगे। भाजी तुम मैनू फड़ाओ, मैं ये पैसे पाउन जाना, मैं उदो पा दूंगा। पौने किन्ने तुसीं ये दस्सो? मैं 20 पाउंड। सारे पौने? हाँ सारे पौने। भाजी रकम ज्यादा होंगी तुहाडे कोल, नाल गनमैन रखा करो। चलानी सिख ला, तेनू ही रख लांगा। खच जी ना होए तो फिर कहिंदे बूटा गालां कढ़दा। ओ दरअसल ना घर 3500-3600 दी जरूरत सी। भाजी वी ते उत्थे फीस ही लग जानी है, कोई 100-200 ते पाओ। ए हुण कित्थे पाउणे ने? ये ते हले वीर जेब च ही पा ला। ओ बूटे ओए, ਉਹ ਕਾਮਰਾਨ ਨੂੰ ਮਿਲਣ ਜਾਣਾ ਸੀ, ਤੂੰ ਅਜੇ ਤਿਆਰ ਹੀ ਨਹੀਂ ਹੋਇਆ। ਉਹ ਤਿਆਰ ਮੈਂ ਕਿਹੜੇ, ਕੋਈ ਵਾਲ ਗਿੱਲੇ ਕਰਕੇ ਛਿੱਟੇ ਪਾਣੇ ਉਹਨਾਂ ਤੇ? ਮੇਰਾ ਪੁੱਤਰ ਫੇਰ ਵੀ ਟਾਕੀ ਟੁੱਕੀ ਤੇ ਫੇਰਨੀ ਹੈ ਨਾ ਭਾਈ, ਦੁਆ ਕਰਨਾ। ਹਾਂ ਦੁਆ ਕਰਨਾ, ਇਹਦਾ ਆਪਰੇਸ਼ਨ ਹੈ। ਚੱਲ ਮੇਰਾ ਪੁੱਤ ਆ ਜਾ। ਇਹ ਦੁਕਾਨ ਤੇ ਨਹੀਂ, ਇਹ ਲੱਗਦੀ ਮੈਨੂੰ। ਆ ਜਾ ਆ ਜਾ ਆ ਜਾ। ਇੱਕ ਮਿੰਟ ਠਹਿਰ ਜਾ ਯਾਰ, ਮੈਂ ਤਾਂ ਕਹਿੰਦਾ ਵਾਪਸ ਚੱਲੀਏ। ਉਹ ਇੰਨਾ ਤੁਰ ਕੇ ਫਿਰ ਵਾਪਸ ਚੱਲੀਏ, ਫਿਰ ਕਹਿੰਦਾ ਬੂਟਾ ਗਾਲਾਂ ਕੱਢਦਾ। ਯਾਰ ਪਤਾ ਕੀ, ਅੰਦਰ ਜਾ ਕੇ ਵੀ ਜ਼ਲੀਲ ਹੀ ਹੋਣਾ। ਕਿਉਂ ਜ਼ਲੀਲ ਕਰ ਤੋਂ ਹੋਣਾ? ਅੰਦਰ ਜਾਵਾਂਗੇ, ਅਗਰ ਕਾਮਰਾਨ ਨੇ ਪੁੱਛ ਲਿਆ ਕੌਣ ਏ, ਮੈਂ ਤੇ ਕਹਿਣਾ ਮੇਰਾ ਯਾਰ ਏ। ਹਾਂ ਤੇ ਉਹਨੇ ਪਤਾ ਅੱਗੋਂ ਕੀ ਕਹਿਣਾ? ਕੀ ਕਹਿਣਾ? ਇਹ ਸ਼ਕਲੋਂ ਚੋਰ ਲੱਗਦਾ। ਤਬਰੇਜ਼ ਯਾਰ ਤੂੰ ਬਾਦ ਨਹੀਂ ਆਣਾ ਗੱਲ ਕਹਿਣ ਤੋਂ? ਹੈ ਲਾਹੌਰ ਦੇ ਵਿੱਚ ਪੂਰੇ ਚ ਤੂੰ ਧਮਾ ਦਿੱਤਾ ਸੀ ਕਿ ਸ਼ਕਲੋਂ ਚੋਰ ਲੱਗਦਾ, ਸ਼ਕਲੋਂ ਚੋਰ ਲੱਗਦਾ। ਮੇਰੇ ਆਪਣੇ ਬੱਚੇ ਖਿਡੌਣੇ ਲਗਾਉਣ ਲੱਗ ਪੈਂਦੇ ਕਿ ਅੱਬਾ ਆ ਗਿਆ, ਚੋਰੀ ਨਾ ਕਰ ਲੈ ਕਿਤੇ। ਮੈਂ ਆਪਣਾ ਪਰਸ ਕੱਢ ਕੇ 50 ਦਫਾ ਵੇਖਦਾ, ਇਹਦੇ ਚੋਂ ਮੈਂ ਹੀ ਤੇ ਨਹੀਂ ਕਿਤੇ ਚੋਰੀ ਕਰ ਲਈ। ਗੱਲ ਸੁਣ ਯੂਕੇ ਜੀ, ਤੂੰ ਮੈਨੂੰ ਚੋਰ ਨਹੀਂ ਕਹਿਣਾ। ਯਾਰ ਮੈਂ ਪਾਗਲ ਤੈਨੂੰ ਚੋਰ ਕਵਾਂ? ਤੂੰ ਮੇਰਾ ਯਾਰ ਏ, ਮੈਂ ਕਿਉਂ ਚੋਰ ਕਵਾਂਗਾ? ਮੈਂ ਤੈਨੂੰ ਚੋਰ ਕਹਿ ਸਕਦਾ? ਸਾਰੀ ਜ਼ਿੰਦਗੀ ਸ਼ਰਾਫਤ ਨਾਲ ਗੁਜ਼ਾਰੀ, ਤੂੰ ਚੋਰ ਹੈ ਹੀ ਨਹੀਂ। ਕੌਣ ਕਹੇਗਾ ਤੈਨੂੰ ਚੋਰ? ਤੂੰ ਚੋਰ ਲੱਗਦਾ? ਤੈਨੂੰ ਜਿਹੜਾ ਇੱਥੇ ਚੋਰ ਕਰਨ ਉਹਦੀ ਲੱਤਾਂ ਨਾ ਵੱਢਦੇ। ਤੂੰ ਬੋਲਣੋਂ ਹਟੇਗਾ ਤੇ ਮੈਨੂੰ ਲੋਕੀ ਕਹਿਣਗੇ ਨਾ, ਤੂੰ ਹੀ ਨਹੀਂ ਬੋਲਣੋਂ ਹਟਣ ਡਿਆ। ਬਸ ਮੈਂ ਵਾਪਸ ਚੱਲਾਂ। ਇੱਕ ਮਿੰਟ ਯਾਰ, ਇੱਕ ਮਿੰਟ, ਤੂੰ ਮੇਰਾ ਭਰਾ ਹੈ, ਅੱਜ ਤੋਂ ਬਾਅਦ ਤੈਨੂੰ ਚੋਰ ਨਹੀਂ ਕਵਾਂਗਾ, ਆ ਜਾ। ਓਕੇ। ਅੱਛਾ ਮੇਰੀ ਗੱਲ ਸੁਣ, ਇਹ ਕਾਫੀ ਚੀਜ਼ਾਂ ਪਈਆਂ, ਕੋਈ ਚੁੱਕ ਨਾ ਲਈ। ਯਾਰ ਤੂੰ ਕੁੜੀ ਲੱਭਣ ਆਇਆ, ਤੂੰ ਇੱਥੇ ਆ ਬੁੱਤ ਵੇਖੀ ਜਾਣਿਆ? ਪੁੱਤਰ ਡਿਜ਼ਾਈਨ ਤੇ ਚੈੱਕ ਕਰ ਲਈਏ ਨਾ। ਕੋਈ ਲੰਮੀ ਜੀ ਵੇਖ ਲਾ, ਫਿਰ ਤੁਹਾਡੇ ਘਰ ਇੱਕ ਵੀ ਨਹੀਂ ਹੈਗੀ। ਬਕਵਾਸ ਨਾ ਕਰ, ਆ ਇੱਧਰ ਕਾਮਰਾਨ। ਹਾਂਜੀ ਕਾਮਰਾਨ। ਸਲਾਮ ਅਲੈਕੁਮ ਚਾਚਾ ਜੀ। ਵਾਲੇਕੁਮ ਸਲਾਮ। ਪਛਾਣਿਆ? ਨਹੀਂ, ਪਹਿਲੀ ਵਾਰੀ ਮਿਲੇ ਆ। ਕਿਸ ਤਰ੍ਹਾਂ ਪਛਾਣ ਸਕਦੇ ਹੋ? ਮੈਂ ਵਸੀਮ ਦਾ ਪੁੱਤਰ ਆ, ਪਾਕਿਸਤਾਨ ਤੋਂ। ਉਹ ਕਿਸ ਤਰ੍ਹਾਂ ਹੋ ਸਕਦਾ, ਤੇਰੀ ਉਮਰ ਦਾ ਤੇ ਉਹ ਆਪ ਲੱਗਦਾ। ਅਸਲ ਤੇ ਚਾਚਾ ਜੀ ਉਹਨਾਂ ਦਾ ਵਿਆਹ ਛੋਟੀ ਉਮਰ ਚ ਹੋ ਗਿਆ ਸੀ। ਉਹ ਕਿੰਨੀ ਛੋਟੀ ਉਮਰ ਚ ਹੋ ਗਈ ਸੀ ਸ਼ਾਦੀ? ਜਿਸ ਦਿਨ ਉਹਨਾਂ ਦਾ ਵਿਆਹ ਸੀ ਨਾ, ਸੇਬੇ ਵਾਲਾ ਬੰਬੇ ਨੇ ਚਲਾਇਆ। ਹਾਂਜੀ ਮੈਂ ਉੱਥੇ ਫਿਰ ਰਿਹਾ ਸੀ, ਮੈਨੂੰ ਉਹਨਾਂ ਨੇ ਪੁੱਛਿਆ ਤੂੰ ਕੌਣ ਹੈ? ਮੈਂ ਕਿਹਾ ਮੈਂ ਤੁਹਾਡੇ ਘਰ ਹੋਣ ਹੈ। ਕਮਾਲ ਪਿਆ ਕਰਦੇ ਚਾਚਾ ਜੀ, ਤੁਸੀਂ ਮਜ਼ਾਕ ਕਰਨ ਬਾਅਦ ਨਹੀਂ ਆਉਂਦੇ। ਅੱਛਾ ਚਲੋ ਛੱਡੋ, ਆਓ ਕੀ ਲੈਣਾ ਜੀ? ਇੱਕ ਪੱਕੀ ਕੁੜੀ ਦੇ ਦਿਓ। ਹੈ? ਜੇ ਪੱਕੀ ਨਹੀਂ ਹੈ ਤਾਂ ਕੱਚੀਆਂ ਦੋ ਕਰ ਲਓ। ਇਹ ਕੌਣ ਹੈ? ਇਹ ਮੇਰਾ ਦੋਸਤ ਹੈ ਜੀ। ਸ਼ਕਲੋਂ ਤੇ ਚੋਰ ਲੱਗਦਾ। ਇਹਨੂੰ ਤੂੰ ਦੱਸਿਆ ਨਾ? ਹਾਂ ਮੈਂ ਚੋਰ ਹਾਂ, ਚੋਰ ਹਾਂ ਮੈਂ। ਤੂੰ ਚੋਰ ਨਹੀਂ, ਇਹ ਰੱਖ ਦੇ। ਚਾਚਾ ਜੀ ਇਹੋ ਜਿਹੀ ਗੱਲ ਮੂੰਹ ਤੇ ਨਹੀਂ ਕਰਦੀ ਹੁੰਦੀ। ਬੰਦੇ ਨੂੰ ਸਾਈਡ ਤੇ ਲਿਜਾ ਕੇ ਉਹਦੇ ਕੰਨ 'ਚ ਕਹੀਦਾ ਹੁੰਦਾ ਕਿ ਬੂਟੇ ਤੂੰ ਸ਼ਕਲੋਂ ਚੋਰ ਲੱਗਦਾ। ਕਿਉਂ ਤੇ ਕਰਨੀ ਕਿਉਂ ਇਹੋ ਜਿਹੀ ਗੱਲ? ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ। ਕੁੜੀ ਕੱਢੋ। ਉਹ ਕੁੜੀ ਮੈਂ ਕਾਊਂਟਰ 'ਚ ਰੱਖੀ ਹੈ। ਕੁੜੀ ਕੱਢੋ, ਨਾਲੇ ਯੂਕੇ ਵਿੱਚ ਪੱਕੀ ਕੁੜੀ ਲੱਭਣਾ ਬਹੁਤ ਔਖਾ ਕੰਮ ਹੈ, ਟਾਈਮ ਲੱਗਦਾ ਉਹਦੇ ਲਈ। ਕੋਈ ਗੱਲ ਨਹੀਂ ਚਾਚਾ ਜੀ, ਟਾਈਮ ਜਿੰਨਾ ਮਰਜ਼ੀ ਲੈ ਲਓ, ਲੇਕਿਨ ਕੁੜੀ ਪੱਕੀ ਹੋਣੀ ਚਾਹੀਦੀ ਹੈ, ਪੱਕੀ ਉਮਰ ਦੀ ਨਹੀਂ। ਨਾਲੇ ਉਹ ਅੱਬਾ ਜੀ ਨੇ ਕੰਮ ਦਾ ਵੀ ਕਿਹਾ ਸੀ। ਕੰਮ ਕਿਸ ਤਰ੍ਹਾਂ? ਤੁਹਾਡੇ ਤੇ ਪੇਪਰ ਹੀ ਕੰਪਲੀਟ ਨਹੀਂ, ਜਾਂ ਤੇ ਤੁਹਾਨੂੰ ਮਜ਼ਦੂਰਾਂ ਨਾਲ